ਹਾਂਜੀ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਾਟ ਵਿੱਚ। ਪਬਲਿਕ ਨੋਟਿਸ ਹੈ ਜੋ ਕਾਊਟ ਹੋਇਆ ਜੀ ਮਾਸਟਰ ਕੇਟ ਦੀਆਂ ਪੋਸਟਾਂ ਸੰਬੰਧੀ। ਖੁਸ਼ਖਬਰੀ ਹੈ ਜੀ ETT ਵਾਲਿਆਂ ਵਾਸਤੇ, ਤਾਂ ਇਹ ਲੇਟੈਸਟ ਹੈ ਜੋ ਅਪਡੇਟ ਆਇਆ ਕੀ ਆ ਸਾਰਾ ਨੋਟੀਫਿਕੇਸ਼ਨ ਅਸੀਂ ਤੁਹਾਨੂੰ ਪੜ੍ਹ ਕੇ ਦਿਖਾ ਦਿੰਦੇ ਹਾਂ। ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਵੈਕੈਂਸੀਆਂ ਦੀ ਅਪਡੇਟ ਅਤੇ ਮਾਸਟਰ ਕੇਟਰ ਨਾਲ ਸੰਬੰਧਿਤ MCQ ਪ੍ਰਸ਼ਨ ਅਤੇ ਥਿਓਰੀ ਟਾਈਪ ਹੈ ਜੋ ਵੀਡੀਓ ਮਿਲਦੀਆਂ ਰਹਿਣ। ਤਾਂ ਕੀ ਹੈ ਜੀ ਸਾਰਾ ਉਹ ਨੋਟੀਫਿਕੇਸ਼ਨ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਤਾਂ ਇਹ ਹੈ ਜੀ ਉਹ ਨੋਟੀਫਿਕੇਸ਼ਨ, ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ SAS ਨਗਰ ਮੋਹਾਲੀ। ਅਤੇ ਇਹਦਾ ਨੰਬਰ ਵੀ ਦਿੱਤਾ ਹੈ ਜੀ 7/1/2020, ਜੋ ਵੀ ਇਹਦਾ ਹੁੰਦਾ ਗਾ, ਮਿਤੀ 4/3/2020। ਪਬਲਿਕ ਨੋਟਿਸ ਪੰਜਾਬ ਸਿੱਖਿਆ ਵਿਭਾਗ ਵੱਲੋਂ ETT ਅਧਿਆਪਕਾਂ ਦੀਆਂ 2578 ਅਸਾਮੀਆਂ ਭਰਨ ਸੰਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitment.com 'ਤੇ ਔਨਲਾਈਨ ਦਰਖਾਸਤਾਂ ਦੀ ਮੰਗ ਹੈ, ਜੋ 5/3/2020 ਤੋਂ 25/3/2020 ਤੱਕ ਕੀਤੀ ਜਾਂਦੀ ਹੈ। ਇਹਨਾਂ ਅਸਾਮੀਆਂ ਸੰਬੰਧੀ ਸ਼ਰਤਾਂ ਅਤੇ ਬਾਨਾਂ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਨੇ। ਤਾਂ ਇਹ ETT ਅਧਿਆਪਕਾਂ ਦੀਆਂ ਜੋ 2578 ਵੈਕੈਂਸੀਆਂ ਦੀ ਮੰਗ ਕੀਤੀ ਗਈ ਹੈ, ਇਹ ਅੱਜ ਦਾ ਇਹ ਜੋ ਨੋਟੀਫਿਕੇਸ਼ਨ ਆਇਆ ਹੋਇਆ। ਸੋ ਵੀਡੀਓ ਨੂੰ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ।